ਦੋਸਤੋ ਅੱਜ ਅਸੀਂ ਫਿਰ ਗੱਲ ਕਰ ਰਹੇ ਹਾਂ ਥੋੜੀ ਜਿਹੀ ਪ੍ਰੇਤਾਂ ਦੇ ਬਾਰੇ। ਬਹੁਤ ਸਾਰੇ ਲੋਕ ਭੂਤ ਪ੍ਰੇਤ ਆਤਮਾਵਾਂ ਨੂੰ ਨਹੀਂ ਮੰਨਦੇ, ਲੇਕਿਨ ਜਦੋਂ ਸਾਡੇ ਤੁਸੀਂ ਸ਼ਾਸਤਰਾਂ ਨੂੰ ਪੜ੍ਹਦੇ ਹੋ ਤੇ ਉੱਥੇ ਇਹਨਾਂ ਚੀਜ਼ਾਂ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਅਸੀਂ ਜਦੋਂ ਵੀ ਕੁਝ ਐਸਟ੍ਰੋਲੋਜੀ ਦੇ ਵਿਦਵਾਨ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਵੀ ਜਾ ਕੇ ਸੁਣਦੇ ਆ ਟਾਈਮ ਟੂ ਟਾਈਮ ਅਲੱਗ ਅਲੱਗ ਸਟੇਟਸ ਦੇ ਵਿੱਚ, ਤੇ ਉੱਥੋਂ ਦੇ ਜੋ ਕੰਕਲੂਜ਼ਨ ਨਿਕਲਦੇ ਆ ਉਹਨਾਂ ਨੂੰ ਹੀ ਲੈ ਕੇ ਅਸੀਂ ਤੁਹਾਡੇ ਨਾਲ ਟਾਈਮ ਟੂ ਟਾਈਮ ਜ਼ਿਕਰ ਕਰਦੇ ਰਹਿੰਦੇ ਹਾਂ। ਸੋ ਪਹਿਲੀ ਗੱਲ ਹੈ ਕਿ ਪ੍ਰੇਤ ਕੌਣ ਬੰਦਾ ਹੈ। ਆਮ ਤੌਰ 'ਤੇ ਮੰਨਿਆ ਜਾਂਦਾ ਕਿ ਜਦੋਂ ਵੀ ਇੱਕ ਇਨਸਾਨ ਦੀ ਮੌਤ ਜਿਹੜੀ ਹੈਗੀ ਹੈ ਅਰਲੀ ਏਜ ਹੁੰਦੀ ਹੈ ਜਾਂ ਕੋਈ ਨਾ ਕੋਈ ਐਕਸੀਡੈਂਟਲ ਮੌਤ ਜਾਂ ਕੋਈ ਅਨਹੋਨੀ ਮੌਤ ਹੁੰਦੀ ਹੈ ਤਾਂ 10 ਸਾਲ ਦੇ ਲਈ ਪ੍ਰੇਤ ਯੋਨੀ 'ਚ ਜਾਂਦਾ ਹੈ। ਕੌਣ ਹੁੰਦੇ ਆ ਪ੍ਰੇਤ? ਅੱਜ ਇਸ ਸਵਾਲ 'ਤੇ ਗੱਲ ਕਰਦੇ ਹਾਂ ਕਿ ਜਿੰਨੇ ਵੀ ਭੂਤ ਪ੍ਰੇਤ ਜਿਹੜੇ ਉਹਨਾਂ ਦੀ ਪੂਜਾ ਕਰਦੇ ਆ ਤਾਮਸੀ ਪੂਜਾ ਕਰਦੇ ਆ। ਸੋ ਖਾਣ ਪਾਨ ਆਚਾਰ ਵਿਵਹਾਰ ਉਹਨਾਂ ਦਾ ਤਾਮਸੀ ਹੁੰਦਾ। ਆਮ ਤੌਰ 'ਤੇ ਮੰਨਿਆ ਜਾਂਦਾ ਕਿ ਉਹ ਵੀ ਲੋਕ ਪ੍ਰੇਤ ਬਣਦੇ ਆ। ਫਿਰ ਸ਼ਰਾਬਖੋਰੀ, ਚੋਰੀ, ਡਕੈਤੀ, ਫਿਰ ਹੱਤਿਆ, ਵਿਆਭਿਚਾਰ ਅਤੇ ਸ਼ਾਸਤਰ ਦੇ ਵਿਰੁੱਧ ਆਚਰਨ ਕਰਨ ਵਾਲੇ, ਧਰਮ ਦੇ ਵਿਰੁੱਧ ਪ੍ਰਚਾਰ ਕਰਨ ਵਾਲੇ, ਉਹ ਵੀ ਲੋਕ ਕਹਿੰਦੇ ਆ ਕਿ ਪ੍ਰੇਤ ਬਣ ਜਾਂਦੇ ਆ। ਜਿਹੜੇ ਆਤਮ ਹੱਤਿਆ ਕਰਦੇ ਉਹ ਤਾਂ ਨਿਸ਼ਚਿਤ ਰੂਪ 'ਚ ਹੀ ਪ੍ਰੇਤ ਬਣਦੇ ਨੇ। ਸੋ ਜਿਹੜੇ ਇਨਸਾਨ ਦੀ ਹੱਤਿਆ ਕਿਸੇ ਦੇ ਦੁਆਰਾ ਕਰ ਦਿੱਤੀ ਜਾਵੇ ਉਹ ਜੀਵ ਵੀ ਮਰਨ ਵਾਲੇ ਤੋਂ ਬਦਲਾ ਲੈਣ ਦੀ ਪ੍ਰਬਲ ਭਾਵਨਾ ਦੇ ਨਾਲ ਪ੍ਰੇਤ ਬਣ ਜਾਂਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਕਾਰਨ ਵੀ ਹੁੰਦੇ ਆ ਜਿੱਥੇ ਪ੍ਰੇਤ ਪ੍ਰਾਪਤੀ ਜਿਹੜੀ ਹੈ ਇਨਸਾਨ ਦੀ ਹੁੰਦੀ ਹੈ। ਸੋ ਇਹਨਾਂ ਸਾਰੇ ਹੀ ਕਾਰਨਾਂ ਤੋਂ ਬਚਣਾ ਚਾਹੀਦਾ ਅਤੇ ਹਮੇਸ਼ਾ ਘਰ ਵਾਲੇ ਜਿੰਨੇ ਪਰਿਵਾਰ ਦੇ ਮੈਂਬਰਸ ਆ ਉਹਨਾਂ ਨੂੰ ਬਚਾਉਣ ਦਿਓ ਕੋਸ਼ਿਸ਼ ਕਰਨੀ ਚਾਹੀਦੀ ਹੈ। ਪ੍ਰੇਤ ਤਬ ਤੋਂ ਬਚਾ ਦੇਣਾ ਜਾਂ ਪ੍ਰੇਤ ਯੋਨੀ ਤੋਂ ਛੁਟਕਾਰਾ ਦਿਲਾਉਣ ਦਾ ਪ੍ਰਯਤਨ ਜਿਹੜਾ ਹੁੰਦਾ ਉਹ ਆਮ ਤੌਰ 'ਤੇ ਘਰ ਵਾਲੇ ਜਾਂ ਮਿੱਤਰ ਬੰਧੂਆਂ ਉਹਨਾਂ ਦਾ ਕਰਤੱਵਯ ਹੁੰਦਾ, ਇੱਕ ਬਹੁਤ ਹੀ ਮਹਾਨ ਪੁੰਨਿਆ ਦਾ ਕਾਰਜ ਮੰਨਿਆ ਜਾਂਦਾ ਹੈ। ਹੁਣ ਕਈ ਉਪਾਅ ਹੈ ਕਿ ਪ੍ਰੇਤ ਯੋਨੀ ਤੋਂ ਛੁਟਕਾਰੇ ਦੇ ਕੀ ਉਪਾਅ ਹੈ। ਆਮ ਤੌਰ 'ਤੇ ਜਦੋਂ ਵੀ ਕੋਈ ਸਾਨੂੰ ਇੱਦਾਂ ਦੀ ਪ੍ਰੋਬਲਮ ਲੋਕ ਦੱਸਦੇ ਆ ਤਾਂ ਉਹ ਕਹਿੰਦੇ ਕਿ ਅਸੀਂ ਫਲਾਣੇ ਬਾਬੇ ਕੋਲ ਗਏ, ਫਲਾਣੇ ਤਾਂਤਰਿਕ ਕੋਲ ਗਏ, ਇੰਨੇ ਲੱਖਾਂ ਰੁਪਏ ਬਰਬਾਦ ਹੋ ਗਏ। ਇੱਦਾਂ ਨਹੀਂ ਹੁੰਦਾ, ਛੋਟੇ ਛੋਟੇ ਉਪਾਅ, ਛੋਟੇ ਛੋਟੇ ਦਾਨ ਦੇ ਨਾਲ ਵੀ ਤੁਸੀਂ ਪ੍ਰੋਬਲਮ ਨੂੰ ਹੱਲ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਪ੍ਰੇਤ ਤਵ ਨਿਵਾਰਨ ਦੇ ਲਈ ਜਿਹੜਾ ਹੈ ਤਰਪਣ, ਸ਼ਰਾਧ ਆਦਿ ਜਿਹੜੀਆਂ ਵਿਧੀਆਂ ਹੈਗੀਆਂ ਇਹ ਪ੍ਰੋਪਰ ਕੀਤੀਆਂ ਜਾ ਸਕਦੀਆਂ। ਸ਼ਰਾਧ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਜਦੋਂ ਇੱਕ ਬ੍ਰਾਹਮਣ ਨੂੰ ਜਾਂ ਕਿਸੇ ਧਾਰਮਿਕ ਪੁਰਸ਼ ਨੂੰ ਖਾਣਾ ਖਿਲਾਉਂਦੇ ਹੋ ਤਾਂ ਖਾਣਾ ਤੁਹਾਡੇ ਪੂਰਵਜ ਜਿਹੜੇ ਆ ਜਿਹੜੇ ਪ੍ਰੇਤ ਯੋਨੀ 'ਚ ਆ ਉਹ ਖਾਣਗੇ, ਇੱਦਾਂ ਨਹੀਂ ਹੁੰਦਾ। ਇਹ ਦਾਨ ਹੁੰਦੇ ਆ, ਉਹਨਾਂ ਦੇ ਨਾਮ 'ਤੇ ਦਾਨ ਹੁੰਦੇ ਆ ਜਿਹਦੇ ਨਾਲ ਇਹ ਮੰਨਿਆ ਜਾਂਦਾ ਕਿ ਉਹ ਤ੍ਰਿਪਤ ਹੁੰਦੇ ਆ ਕਿ ਹਾਂ ਸਾਡੇ ਜਿਹੜੇ ਉੱਤਰਾਧਿਕਾਰੀ ਹੈਗੇ ਆ ਸਾਡੇ ਲਈ ਚੰਗੇ ਕੰਮ ਕਰ ਰਹੇ ਆ। ਸੋ ਸ਼ਰਾਧ ਦੇ ਅਧਿਕਾਰੀ ਜਿਹੜੇ ਹੁੰਦੇ ਉਹੀ ਸੰਪੱਤੀ ਦੇ ਉੱਤਰਾਧਿਕਾਰੀ ਮੰਨੇ ਜਾਂਦੇ ਆ। ਸੋ ਪੁੱਤਰ ਜਿਹੜਾ ਹੈਗਾ ਇਸ ਲਈ ਹੀ ਉੱਤਰਾਧਿਕਾਰੀ ਨਹੀਂ ਹੈਗਾ ਕਿ ਉਹ ਪੁੱਤਰ ਹੈ, ਇਸ ਲਈ ਕਿ ਉਹ ਪਿੰਡ ਦਾਨ ਜਿਹੜਾ ਹੈ ਸ਼ਰਾਧ ਕਰਕੇ ਆਪਣੇ ਪਿਤਾ ਦਾਦਾ ਉਹਨਾਂ ਦਾ ਉਧਾਰ ਕਰਦਾ ਹੈ। ਸੋ ਪ੍ਰੇਤ ਨਿਵਾਰਨ ਦੇ ਲਈ ਜਿਹੜਾ ਹੈ ਪ੍ਰੇਤ ਯੋਨੀ 'ਚੋਂ ਮੁਕਤੀ ਦੇ ਲਈ ਜਿਹੜਾ ਸ਼੍ਰੀ ਮੱਧ ਭਾਗਵਤ ਗੀਤਾ ਸਪਤਾਹ ਇਹਦਾ ਪਾਠ ਕੀਤਾ ਜਾ ਸਕਦਾ ਹੈ। ਫਿਰ ਵਿਸ਼ਨੂੰ ਸਹੱਸਰਨਾਮਾ ਦਾ ਪਾਠ, ਗਾਇਤਰੀ ਪੁਰਸ਼ ਚਰਨ ਦਾ ਪਾਠ, ਭਗਵਾਨ ਕੀਰਤਨ ਉਹਦਾ, ਅਤੇ ਫਿਰ ਓਮ ਨਮੋ ਭਗਵਤੇ ਵਾਸੁਦੇਵਾਏ 12 ਅਕਸ਼ਰਾਂ ਦਾ ਇਸ ਮੰਤਰ ਦਾ ਜਾਪ ਵੀ ਕਰ ਸਕਦੇ ਹੈ। ਗਿਆ ਦੇ ਵਿੱਚ ਸ਼ਰਾਧ ਵੀ ਮੰਨਿਆ ਜਾ ਸਕਦਾ ਹੈ, ਕਰ ਲੈਂਦੇ ਆ ਲੋਕ। ਸੋ ਅਲੱਗ ਅਲੱਗ ਧਰਮਾਂ ਦੇ ਮੁਤਾਬਿਕ ਇਹਦੇ ਅਲੱਗ ਅਲੱਗ ਵਿਧੀਆਂ ਹੁੰਦੀਆਂ ਜਿਹੜੇ ਧਰਮ ਜੋਤਿਸ਼ ਨੂੰ ਮੰਨਦੇ ਆ ਉਹਨਾਂ ਦੇ ਮੁਤਾਬਿਕ। ਹੁਣ ਕਿਹੜੇ ਪਰਸਨਸ ਨੇ ਜਿਹੜੇ ਪ੍ਰੇਤ ਯੋਨੀ 'ਚ ਨਹੀਂ ਜਾਂਦੇ ਉਹਨਾਂ ਬਾਰੇ ਵੀ ਜ਼ਿਕਰ ਕਰਾਂਗੇ। ਪ੍ਰੇਤ ਯੋਨੀ ਤੋਂ ਜੇ ਕੋਈ ਇਨਸਾਨ ਬਚਣਾ ਚਾਹੁੰਦਾ ਤਾਂ ਅੱਛਾ ਕਰੈਕਟਰ ਰੱਖੇ, ਸੋ ਅੱਛੇ ਕਰਮ ਰੱਖੇ, ਸ਼ਾਸਤਰਾਂ ਦੀ ਵਿਧੀ ਨੂੰ ਜਾਣਨ ਵਾਲਾ ਹੋਵੇ, ਮਾਤਾ ਪਿਤਾ ਗੁਰੂਜਨਾਂ ਉਹਨਾਂ ਦੀ ਪੂਜਾ ਕਰਨ ਵਾਲਾ ਅਤੇ ਪ੍ਰਾਣੀਆਂ ਦਾ ਆਮ ਜਿਹੜਾ ਹੈ ਉਹਨਾਂ ਦਾ ਹਿੱਤ ਕਰਨ ਵਾਲਾ ਹੋਵੇ, ਰੱਬ ਦਾ ਭਜਨ ਕਰਨ ਵਾਲਾ ਹੋਵੇ, ਐਸੇ ਇਨਸਾਨ ਕਦੀ ਪ੍ਰੇਤ ਨਹੀਂ ਮੰਨਦੇ। ਸੋ ਲਗਾਤਾਰ ਭਗਵਾਨ ਦੇ ਨਾਮ ਜਪ, ਸੋ ਭਗਵਾਨ ਦਾ ਅਭਿਆਸ, ਉਹਨਾਂ ਦੇ ਸਮਰਨ ਦਾ ਅਭਿਆਸ ਕਰਨ ਵਾਲਾ ਕਦੀ ਵੀ ਪ੍ਰੇਤ ਨਹੀਂ ਹੁੰਦਾ। ਹੁਣ ਆਖਿਰ ਦੇ ਵਿੱਚ ਇੱਕ ਛੋਟੀ ਜਿਹੀ ਚੀਜ਼ ਹੈ ਕਿ ਲੋਕ ਪੁੱਛਦੇ ਆ ਕਿ ਕੀ ਪ੍ਰੇਤ ਗੁੱਸਾ ਵੀ ਕਰਦੇ ਆ? ਹਾਂਜੀ, ਬਿਲਕੁਲ ਸੱਚ ਹੈ। ਸੋ ਬਹੁਤ ਸਾਰੇ ਲੋਕਾਂ ਨੇ ਸਾਨੂੰ ਬੜੀਆਂ ਹੀ ਘਟਨਾਵਾਂ ਦੱਸੀਆਂ। ਬੜੀ ਵਾਰੀ ਇੱਦਾਂ ਹੁੰਦਾ ਹੈ ਕਿ ਪ੍ਰੇਤਾਂ ਦੇ ਵਿੱਚ ਹੀ ਕੁਛ ਇੱਦਾਂ ਦੀ ਹੁੰਦੇ ਆ ਜਿਨ੍ਹਾਂ ਦੇ ਵਿੱਚ ਗੁੱਸਾ ਵੀ ਆਉਂਦਾ, ਉਹਨਾਂ ਨੂੰ ਪੀੜਾ ਵੀ ਮਿਲਦੀ ਹੈ ਕਿਸੇ ਗੱਲ 'ਤੇ। ਸੋ ਅਪਵਿੱਤਰ ਜਾਂ ਅਸਦਾਚਾਰੀ ਜਾਂ ਨਿਯਮਿਤ ਸੰਧਿਆ, ਅਗਨੀਹੋਤਰ ਜਾਂ ਗਾਇਤਰੀ ਜਪ ਕਰਨ ਵਾਲੇ ਜਿਹੜੇ ਕੁਛ ਇੱਦਾਂ ਦੀਆਂ ਯੋਨੀ 'ਚ ਪਹੁੰਚ ਜਾਂਦੇ, ਜਿਹੜੇ ਪਵਿੱਤਰ ਆਚਰਨ ਕਰਨ ਵਾਲੇ, ਪਵਿੱਤਰ ਖਾਣ ਪਾਨ ਕਰਨ ਵਾਲੇ, ਉੱਦਾਂ ਦੇ ਲੋਕ ਜਿਹੜੇ ਆ ਇੱਦਾਂ ਦੇ ਜਿਹੜੇ ਸਾਰੇ ਦੱਸਿਆ, ਉਹਨਾਂ ਨੂੰ ਪ੍ਰੇਤ ਕਦੀ ਪੀੜਿਤ ਨਹੀਂ ਕਰ ਸਕਦੇ। ਯਾਨੀ ਇੱਕ ਬੰਦਾ ਚੰਗਾ ਕਰੈਕਟਰ ਰੱਖੇਗਾ, ਚੰਗੀ ਰੂਟੀਨ ਰੱਖੇਗਾ, ਚੰਗੇ ਕਰਮ ਕਰੇਗਾ ਅਤੇ ਪਾਠ ਵੀ ਕਰੇਗਾ ਤਾਂ ਉਹਨੂੰ ਪ੍ਰੇਤ ਕੋਈ ਸਤਾ ਨਹੀਂ ਸਕਦੇ ਆਮ ਤੌਰ 'ਤੇ। ਸੋ ਪ੍ਰੇਤ ਯੋਨੀ ਦੇ ਵਿੱਚ ਜੀਵ ਜਿਹੜੇ ਆ ਉਹ ਅਤ੍ਰਪਤ ਵਾਸਨਾਵਾਂ, ਇੱਛਾਵਾਂ ਦੇ ਨਾਲ ਜਲਦੇ ਰਹਿੰਦੇ ਆ।
ਸੋ ਕਿੱਦਾਂ ਪ੍ਰੇਤ ਗੁੱਸਾ ਕਰਦੇ ਆ ਆਉਣ ਵਾਲੇ ਐਪੀਸੋਡ ਚ ਦੱਸਾਂਗੇ। ਲੇਕਿਨ ਸਾਡਾ ਤੁਸੀਂ ਯੂਟਿਊਬ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ, ਤਾਂ ਕਿ ਇਹ ਨਾ ਹੋਵੇ ਕਿ ਉਹ ਇੱਕ ਇੰਪੋਰਟੈਂਟ ਅਤੇ ਬੜਾ ਹੀ ਰਹੱਸਮਈ ਵਿਸ਼ਾ ਤੁਹਾਡੇ ਹੱਥੋਂ ਨਿਕਲ ਜਾਏ। ਫਿਲਹਾਲ ਦੋਸਤੋ, ਜੇ ਤੁਸੀਂ ਵੀ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਸਾਡਾ ਨੰਬਰ ਆ, ਟਾਈਮ ਲੈ ਕੇ ਆ ਕੇ ਸਾਨੂੰ ਮਿਲ ਸਕਦੇ ਹੋ। ਸਾਰੇ ਹੀ ਸੋਸ਼ਲ ਮੀਡੀਆ 'ਤੇ ਅਸੀਂ ਹੈਗੇ ਹਾਂ, ਤੁਸੀਂ ਹਰ ਜਗ੍ਹਾ ਸਾਨੂੰ ਸਬਸਕ੍ਰਾਈਬ ਫੋਲੋ ਕਰਨਾ ਚਾਹੋ ਤਾਂ ਜ਼ਰੂਰ ਕਰ ਸਕਦੇ ਹੋ। ਵਟਸਐਪ 'ਤੇ ਸਾਡਾ ਸਟੇਟਸ ਜਿਹੜਾ ਹੈ ਉਹਦੇ ਉੱਤੇ ਹੀ ਅਸੀਂ ਕੀਮਤੀ ਜਾਣਕਾਰੀਆਂ ਸ਼ੇਅਰ ਕਰਦੇ ਰਹਿੰਦੇ ਹਾਂ 98-726-20-533 'ਤੇ। ਅਤੇ ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਸਾ ਮਾਂ ਦਾ, ਜਦੋਂ ਵੀ ਕਰਾਉਣ ਜਾਂਦੇ ਹੋ ਮਾਂ ਦੇ ਚਰਨ ਛੂਹ ਕੇ ਜਾਇਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਇਓ, ਗੁਰੂ ਜਨਾ ਦੇ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋ ਜੂਗੀ, ਧੀਆਂ ਨੂੰ ਕੁੱਖਾਂ 'ਚ ਨਾ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ, ਨਸ਼ਿਆਂ ਤੋਂ ਪਰਹੇਜ਼ ਕਰਿਓ ਅਤੇ ਦਸਵੰਧ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਸਾਰੀ ਲਾਈਫ ਤੁਹਾਡੀ ਬਹੁਤ ਵਧੀਆ ਹੋਊਗੀ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਨਮਸਕਾਰ।